नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स दे विच मैं हां तरनजीत कौर घुम्मण हाजर हाँ जी लैके तुहाडा अपना प्रोग्राम जिहदे विच असीं गलबात करांगे कैनेडियन इमीग्रेशन संबंधी कैनेडा नूं नवे इमीग्रेशन मिनिस्टर मिल चुके ने ते इस तों बाद हुण की तरजीह होएगी उन्हां दी किहड़े खेत्र दे उत्ते ज्यादा जिहड़ा फोकस किया जाएगा इस तों इलावा गलबात करांगे इंटरनेशनल स्टूडेंट्स की जिहड़े 12वीं करके कैनेडा विच आए हुए ने इस वक्त सीईसी दा ड्रॉ नहीं आ रहा ऑप्शन की गलबात करांगे नाल ही गल करांगे बैकलॉग दे विच कहिंदे इस वक्त काफ़ी कमी देखण नूं मिल रही है ते लगातार एप्लीकेशन प्रोसैस हो रही है इस तो इलावा तुहाडा कोई भी सवाल है साडे सवालों के जवाब देने लई ते अज दे मुद्दों उत्ते गलबात करन लई साडे नाल जुड़ चुके ने जी आईसीसी इमीग्रेशन तो मिस्टर मनु दत्ता जी सत श्री अकाल सर तरनजीत थैंक यू वेरी मच इट्स ऑलवेज अ प्लेजर सो तुहानू ते सारे ही व्यूअर्स नू आईसीसी इमीग्रेशन दी समुची टीम वल्लों एम डी मनु दत्ता नाडी रिपोर्टर वल्लों सत श्री अकाल नमस्कार आदाब एंड थैंक यू वेरी मच फॉर हैविंग अस ऑन एयर तरनजीत की हाल चाल सर ऑल गुड तरन थैंक यू अज तो बहुत सारी चेंजेस आई हैं जी आओ बिल्कुल अज कैनेडा के कहते इमीग्रेशन मिनिस्टर बदल चुके ने ते किवें बदलाव होया है ते कौन नवे मिनिस्टर आए ने तरन काफ़ी सारी कैबिनेट के शफल हुई हैगी है सो उस शफल तो बाद जो सीन फ्रेजर साहब से उन्होंने हाउसिंग दे दी गई है सो हाउसिंग एंड इंफ्रास्ट्रक्चर के चले गए हैं सो मार्क मिलर है जेडे नवे इमीग्रेशन मिनिस्टर जिन्होंने सोच रखी हैगी है जी सो मार्क मिलर के बारे कहा जाता जी कि वह क्यूबैक तो है जी मॉन्ट्रियाल तो सो उन्होंने जमपल रिहायश सारी उत्थे रही हैगी है एंड साढ़े प्राइम मिनिस्टर नाल काफ़ी लंबे समय तो एसोसिएटेड है 2007 तो उन्होंने कंपेन संभाली हुई है लीडरशिप दे विच भी उन्होंने बड़ा अहम रोल प्ले किया सो 2015 दे विच पहली बारी मार्क मिलर साहब एमपी इलेक्ट हुए थे उस तो बाद जिहड़ा हुण रीसेंटली सी ही वॉज मिनिस्टर फॉर इंडिजिनस रिलेशनस गवर्नमेंट दे नाल सो काफ़ी अहम पोस्ट रखते सी जी एंड हुण इमीग्रेशन मिनिस्टर का बड़ा वड्डा एक पोर्टफोलियो बड़ा वड्डा एक ਤਖਤ ਉਹਨਾਂ ਨੂੰ ਦੇ ਦਿੱਤਾ ਗਿਆ ਜਿਵੇਂ ਤੁਸੀਂ ਗੱਲ ਕੀਤੀ ਸਰ ਇਮੀਗ੍ਰੇਸ਼ਨ ਵੀ ਇਸ ਵਕਤ ਜਿਸ ਉਹਦੇ ਵਿੱਚੋਂ ਪੜਾਅ ਚੋਂ ਲੰਘਦਾ ਪਿਆ ਵਾ ਤਾਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ ਮੁੱਖ ਤਰਜੀਹ ਹੁਣ ਉਹਨਾਂ ਦੀ ਕੀ ਹੋਏਗੀ ਕਿਊਬੈਕ ਤੋਂ ਤੁਸੀਂ ਕਿਹਾ ਬਿਲੋਂਗ ਕਰਦੇ ਨੇ ਤੇ ਇਮੀਗ੍ਰੇਸ਼ਨ ਦਾ ਜਿਸ ਤਰੀਕੇ ਨਾਲ ਇਸ ਵਕਤ ਡਰੌਸ ਦੀ ਗੱਲ ਕਰ ਲਈਏ ਜਾਂ ਇਮੀਗ੍ਰੇਸ਼ਨ ਦਾ ਫੋਕਸ ਇਸ ਵਕਤ ਗੱਲ ਕਰ ਲਈਏ ਇਹਨਾਂ ਦਾ ਹੁਣ ਕੀ ਚੇਂਜ ਹੋਏਗਾ ਕਿ ਕੁਝ ਚੇਂਜਸ ਦੇਖਣ ਨੂੰ ਮਿਲਣਗੀਆਂ ਜਾਂ ਕੁਝ ਫੋਕਸ ਚੇਂਜ ਹੋਏਗਾ ਤਰਨ ਮੋਰ ਔਰ ਲੈਸ ਪ੍ਰਾਇੋਰਟੀ ਸੇਮ ਰਹਿਣਗੀਆਂ ਬਟ ਯੈਸ ਕਿਊਬੈਕ ਤੋਂ ਆਉਣ ਤੋਂ ਵਜ੍ਹਾ ਨਾਲ ਉਹ ਫਰੈਂਕੋਫੋਨ ਵਾਸਤੇ ਆਬਵੀਅਸਲੀ ਜ਼ਿਆਦਾ ਇਨਕਲਾਈਨਡ ਰਹਿਣਗੇ ਬਟ ਫਰੈਂਕੋਫੋਨ ਦੀ ਤਾਂ ਵੈਸੇ ਹੀ ਅਸੀਂ ਜਿਹੜੀ 6 ਨਵੀਆਂ ਸਟ੍ਰੀਮਸ ਦੇਖ ਰਹੇ ਸੀਗੇ ਉਹਦੇ ਵਿੱਚ ਹੈਲਥ ਕੇਅਰ ਦੇਖ ਰਹੇ ਸੀ ਟ੍ਰੇਡਸ ਦੇਖ ਰਹੇ ਸੀਗੇ ਅਸੀਂ ਸੌਫਟਵੇਅਰ ਸਟੈਮ ਦੇਖ ਰਹੇ ਸੀਗੇ ਅਸੀਂ ਲੌਜਿਸਟਿਕਸ ਦੇਖ ਰਹੇ ਸੀ ਫਾਰਮ ਐਗਰੀਕਲਚਰ ਅਤੇ 6ਵੀਂ ਸਟ੍ਰੀਮ ਜਿਹੜੀ ਸੀਗੀ ਉਹ ਫਰੈਂਕੋਫੋਨ ਨੂੰ ਫੋਕਸ ਕਰ ਰਹੀ ਸੀ ਸੋ ਫਰੈਂਕੋਫੋਨ ਅਸੀਂ ਲਾਸਟ ਡਰਾ ਵੀ ਦੇਖਿਆ 375 ਦੇ ਸਕੋਰ ਤੇ 3800 ਇਨਵੀਟੇਸ਼ਨ ਦਿੱਤੇ ਗਏ ਸੀਗੇ ਸੋ ਇਹਨਾਂ ਦੀ ਵੀ ਸੇਮ ਪ੍ਰਾਇੋਰਟੀਜ਼ ਰਹਿਣੀਆਂ ਚਾਹੀਦੀਆਂ ਹੈਗੀਆਂ ਐਂਡ ਐਬਸੋਲਿਊਟਲੀ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਸੀਨ ਫਰੇਜ਼ਰ ਸਾਹਿਬ ਬੜੇ ਛੋਟੇ ਅਰਸੇ ਵਾਸਤੇ ਇਮੀਗ੍ਰੇਸ਼ਨ ਮਿਨਿਸਟਰ ਰਹੇ ਨੇ ਬਟ ਉਹਨਾਂ ਨੇ ਬੜਾ ਫਸਟ ਕਲਾਸ ਰੋਡ ਲੇ ਕੀਤੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿਉਂਕਿ ਉਹ ਜਦੋਂ ਉਹਨਾਂ ਨੇ ਪੋਜੀਸ਼ਨ ਸੰਭਾਲੀ ਸੀਗੀ ਐਜ਼ ਇਮੀਗ੍ਰੇਸ਼ਨ ਮਿਨਿਸਟਰ ਉਦੋਂ ਬੈਕਲੌਗ ਬੜਾ ਵੱਡਾ ਚੱਲ ਰਿਹਾ ਸੀਗਾ ਤਰਨ 2.3 2.4 ਮਿਲੀਅਨ ਦੇ ਬੈਕਲੌਗ ਤੇ ਚੱਲ ਰਹੇ ਸੀਗੇ ਹਰ ਐਪਲੀਕੇਸ਼ਨ ਤਕਰੀਬਨ ਬੈਕਲੌਗ ਸੀਗੀਆਂ ਨਵੀਂ ਪ੍ਰਾਇੋਰਟੀਜ਼ ਸਮਝ ਨਹੀਂ ਆ ਰਹੀਆਂ ਸੀਗੀਆਂ ਸੋ ਨਵੀਂ ਰੈਗੂਲਰ ਚੀਜ਼ਾਂ ਚੱਲ ਰਹੀਆਂ ਸੀਗੀਆਂ ਇਮੀਗ੍ਰੇਸ਼ਨ ਕੋਵਿਡ 'ਚੋਂ ਬਾਹਰ ਨਿਕਲਣ ਤੋਂ ਬਾਅਦ ਇੰਨੇ ਵੱਡੇ ਟਾਰਗੇਟਸ ਲਿੱਤੇ ਗਏ ਸੀਗੇ ਸੋ ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਹੀ ਕੀਤੀਆਂ ਹੈਗੀਆਂ ਸੋ ਹੁਣ ਮਾਰਕ ਮਿਲਰ ਸਾਹਿਬ ਦੇ ਕੋਲ ਕਰਾਊਨ ਆ ਗਿਆ ਜੀ ਸੋ ਹੀ ਵਿਲ ਬੀ ਦਾ ਵਨ ਹੂ ਵਿਲ ਬੀ ਟੇਕਿੰਗ ਦਿਸ ਬੈਟਨ ਫਾਰਵਰਡ ਐਂਡ ਹੋਪਫੁਲੀ ਹੀ ਵਿਲ ਵਰਕ ਔਨ ਦਾ ਸੇਮ ਪ੍ਰਾਇੋਰਟੀਜ਼ ਬਿਕੋਜ਼ ਤੁਸੀਂ ਦੇਖੋ 2015 ਜਦੋਂ ਲਿਬਰਲ ਸਰਕਾਰ ਹੋਣ ਦੇ ਵਿੱਚ ਆਈ ਸੀਗੀ ਪਾਵਰ ਦੇ ਵਿੱਚ ਆਈ ਸੀ ਉਸ ਤੋਂ ਪਹਿਲਾਂ ਜਿਹੜਾ ਟਾਰਗੇਟ ਸੀਗਾ ਉਹ 2,80,000-2,85,000 ਇਮੀਗ੍ਰੈਂਟਸ ਦਾ ਹਰ ਸਾਲ ਦਾ ਸੀਗਾ ਸੋ ਉਹ ਵੱਧ ਕੇ 2025 ਦੇ ਵਿੱਚ 500,000 ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਆਲਮੋਸਟ 40% 45% ਦਾ ਗਰੋਥ ਹੈਗੀ ਹੈ ਨਜ਼ਰ ਆ ਰਹੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਸਰ ਪ੍ਰਾਇੋਰਟੀਜ਼ ਦੀ ਗੱਲ ਕੀਤੀ ਹੈ ਇਹਨਾਂ ਦੀ ਕਿ ਫ੍ਰੈਂਚ ਜਿਹੜੇ ਹੈਗੇ ਆ ਉਹਦੇ ਵੱਲ ਇਹਨਾਂ ਦਾ ਜ਼ਿਆਦਾ ਝੁਕਾਅ ਹੋਏਗਾ ਪਰ ਉੱਥੇ ਹੀ ਕਿਹਾ ਜਾਵੇ ਬੈਕਲੌਗ ਵੀ ਕਹਿੰਦੇ ਅੱਗੇ ਨਾਲੋਂ ਕਾਫੀ ਘਟਿਆ ਵਾ ਤੇ ਵੀ ਐਪਲੀਕੇਸ਼ਨਸ ਲਗਾਤਾਰ ਪ੍ਰੋਸੈਸ ਹੋ ਰਹੀਆਂ ਨੇ ਬਿਲਕੁਲ ਤਰਨ ਜੀ 2022 ਦਾ ਜਿਹੜਾ ਆਏ ਹੈਗੇ ਨੇ 4.8 ਮਿਲੀਅਨ ਐਪਲੀਕੇਸ਼ਨਸ ਆਲਮੋਸਟ ਪ੍ਰੋਸੈਸ ਹੋਈਆਂ ਜੀ 4.8 ਮਿਲੀਅਨ ਸੋ ਇਹਦੇ ਵਿੱਚ ਅਸੀਂ ਵਿਜ਼ਿਟਰਸ ਵੀ ਕਾਊਂਟ ਕਰ ਲੈਂਦੇ ਇਹਦੇ ਵਿੱਚ ਸਟੱਡੀਜ਼ ਵੀ ਕਾਊਂਟ ਆਲ ਟੈਂਪਰੇਰੀ ਐਪਲੀਕੇਸ਼ਨ ਔਰ ਪੀ ਆਰ ਐਪਲੀਕੇਸ਼ਨਸ ਕਾਊਂਟ ਹੋ ਜਾਂਦੀਆਂ ਜੀ ਸੋ ਹੁਣ ਜਿਹੜਾ ਬੈਕਲੌਗ ਹੈਗਾ 800,000 ਦੇ ਆਸ ਪਾਸ ਆ ਗਿਆ ਜੀ ਸੋ ਹੋਪਫੁਲੀ ਆਉਣ ਵਾਲੇ ਕੁਛ 1 ਮਹੀਨਿਆਂ ਦੇ ਵਿੱਚ ਇਹ ਸਾਰਾ ਬੈਕਲੌਗ ਖਤਮ ਹੋ ਜਾਏਗਾ ਪੇਰੈਂਟਸ ਅਕਸਰ ਸਾਨੂੰ ਕਾਲ ਕਰਦੇ ਆ ਵੀ ਪੇਰੈਂਟਸ ਦੀ ਐਪਲੀਕੇਸ਼ਨਸ ਇਸ ਵਾਰੀ ਕਿੰਨੀਆਂ ਲਈਆਂ ਜਾਣਗੀਆਂ ਤੇ ਕਦੋਂ ਤੱਕ ਇਹਦੇ ਬਾਰੇ ਵੀ ਕੋਈ ਅਨਾਊਂਸਮੈਂਟ ਦੀ ਸੰਭਾਵਨਾ ਹੈਗੀ ਹੈ
सर जो आंकड़े तय हो चुके हैं कि उन्हें ही आंकड़े ले जाएंगे या फिर इमीग्रेशन मिनिस्टर इस कोई फेरबदल कर सकते हैं? तरन बिकॉज 99% जो पॉलिसी सैट की जाती है वो टीम होंगी है जी बेसिकली लुक आफ्टर करती है यह तो एक चेहरा है जो नज़र आते हैं कि IRCC आ रिप्रजेंट कर रहे हैं इमीग्रेशन आ रिप्रजेंट कर रहे हैं बट जी पॉलिसीज है वो तो जो मिनिस्टर्स है जो ब्यूरोक्रैट्स है वो सारी तय करते हैं सो एबसोल्यूटली थोड़ा बहुत गवर्नमेंट का इनकलीनेशन चेंज होती है पॉलिसीज चेंज होती है वो जो भी पॉलिसीज अगे बिकॉज हूँ अगे हूँ तरन जी 2 साल के बाद तकरीबन फेरबदल आया जी कैबिनेट दे विच सो हुण ए लास्ट फेरबदल किया जा रहा है सब तो वड्डा फेरबदल किया जा रहा है कि अगली इलेक्शन तो पहला नवी टीम आई हैगी है सो बेसिकली इस वास्ते नवी टीम आई है ताकि नवी एनर्जी नाल काम हो सके नवे अगे उन्होंने नज़र आता हो भाई इलेक्शन जितनी हैगी तो सानू असी आ चीज़ा करनी जी सो हर गवर्नमेंट का जी सिटिंग गवर्नमेंट होती है वह यही प्रायोरिटीज़ होती है कि असी इस एनर्जी होर लैके आईए काम होर दसीए लोगों दसीए लोगों का पहुँच करिए कि लोगों को नजर आने के आ काम हुए ने सो गवर्नमेंट उस प्रायोरिटी के ऊपर हुन इस टाइम पे काम कर रही है। तुसी फ्रेंच की गल की सी कहंदे क्यूबेक ने हाल ही च एक ड्रॉ जिहड़ा है कढ़िया जिहदे विच 1633 एप्लीकेशन जिहड़ी इनवाइट की गई ने जिहड़े जां तां फ्रेंच बोलदे होण या जिन्हां कोल जॉब ऑफर होवे। तरन क्यूबेक दे विच 99% एप्लीकेशन उही प्रोसेस होंदी हैं जिहड़े फ्रेंच स्पीकिंग एप्लीकेंट्स होदियां होंदियां हैगियां सो एब्सोल्यूटली जी उहदे विच 1600 प्लस एप्लीकेशन पिक कीतियां गईयां हैगियां बट अगेन जॉब ऑफर अज दी तरीक दे विच तरन जी जॉब ऑफर जिहदे कोल होएगी उही प्रायोरिटी दे विच एप्लीकेशन प्रोसैस होणगे बिकॉज गवर्नमेंट नूं पता है कि इहदे कोल जॉब इन हैंड हैगी है सो इहदे ते आ के राइट अवे मनी अर्निंग वाले पासे आ सकदे ने सो जिहड़ी लेबर मार्केट शॉर्टेजेस हैगियां उहनां नूं डील करन जा रहे ने सो एब्सोल्यूटली उहनां दे उत्ते प्रायोरिटीज अज दी तरीक च हैगियां। मिस्टर फ्रीजर जांदे जांदे घट्टो घट्ट नोवा स्कोशिया ते लोकां दे लई कुछ कर गए ने कहिंदे कि डॉक्यूमेंट्स जिहड़े हैगे आ उहनां दी रिप्लेसमेंट जिहड़ी उह कीती जाएगी फ्री ऑफ कॉस्ट। बिल्कुल तरन जी बिकॉज रीसेंट जिहड़ी फ्लडिंग होई हैगी है हैलीफैक्स नोवा स्कोशिया काफ़ी बिकॉज जी साल साल के बारिशा होंगे या तीन तीन सालों के एकोदम वीकेंड के उत्ते हो गई सो उहदे करके काफ़ी सारा शहर पानी के अंदर सीगा जी एंड उहदे करके उन्होंने अपनी एक वालों एक यस पॉलिसी दी हैगी कि जे किसी भी कोई इमीग्रेशन डॉक्यूमेंट खराब होया है तो फ्री वो एप्लीकेशन पुट अप करते फीस लगाने की लोड़ नहीं हैगी। सर स्टार्टअप वीजा लैके भी काफ़ी हलचल देखने मिल रही है कहते नंबर भी कह रहे हैं कि शायद PR लैके इनक्रीज किए जाएंगे ये बारे की कहना चाहोगे स्टार्टअप वीजा का फायदा वैसे कौन लै सकते हैं? तरन जी ओके एबसोल्यूटली बहुत सोहना क्वेश्चन किया स्टार्टअप हैगा की है बेसिकली कोई भी इमीग्रेंट जरा कैनेडा दे विच इमीग्रेट होना चाहता है या उदे कोल कोई आइडिया एहो जिहा हैगा एप्लीकेंट दे कोल के ओ आके इत्थे ਉਹਨੂੰ IT ਨਾਲ ਰਿਲੇਟਡ ਸੋਫਟਵੇਅਰ ਨਾਲ ਰਿਲੇਟਡ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਰਿਲੇਟਡ ਕੋਈ ਪ੍ਰੋਗਰਾਮ ਹੈਗਾ ਕੋਈ ਚੀਜ਼ ਉਸ ਤਰ੍ਹਾਂ ਕਰਨਾ ਚਾਹੁੰਦਾ ਕੋਈ ਬਿਜ਼ਨਸ ਦੇ ਵਿੱਚ ਉਹ ਆਈਡੀਆਜ਼ ਇਨਕੋਰਪੋਰੇਟ ਕਰਨਾ ਚਾਹੁੰਦੇ ਨੇ ਤਾਂ ਉਹ ਆ ਕੇ ਕੈਨੇਡਾ ਦੇ ਵਿੱਚ ਸੈਟਲ ਹੋ ਰਹੇ ਨੇ ਸੋ ਗਵਰਨਮੈਂਟ ਦਾ ਇਸ ਟਾਈਮ 'ਤੇ ਸਟੈਮ ਦੇ ਉੱਤੇ ਵੈਸੇ ਹੀ ਕਾਫੀ ਜ਼ਿਆਦਾ ਫੋਕਸ ਹੈਗਾ ਸਟੈਮ ਦੇ ਉੱਤੇ ਆ ਗਏ ਜੀ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਸੋ ਡਾਟਾ ਐਨਾਲਿਟਿਕਸ ਨੂੰ ਲੈ ਕੇ ਸੋਫਟਵੇਅਰ ਡਿਵੈਲਪਮੈਂਟਸ ਨੂੰ ਲੈ ਕੇ ਸੋ ਜਿਹੜਾ ਕੋਈ ਵੀ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਆਉਂਦਾ ਈਵਨ ਤੁਸੀਂ ਰੈਸਟੋਰੈਂਟ ਲੈ ਕੇ ਆਉਂਦੇ ਹੋ ਈਵਨ ਤੁਸੀਂ ਸੁਨਿਆਰਿਆਂ ਦੀ ਦੁਕਾਨ ਲੈ ਕੇ ਆਉਂਦੇ ਹੋ ਤੁਸੀਂ ਜੁਐਲਰੀ ਸਟੋਰ ਲੈ ਕੇ ਆਉਂਦੇ ਹੋ ਤੁਸੀਂ ਕੋਈ ਵੀ ਵੇਅਰ ਹਾਊਸਿੰਗ ਵੀ ਲੈ ਕੇ ਆਉਂਦੇ ਹੋ ਜੇ ਉਹਦੇ ਨਾਲ IT ਰਿਲੇਟਡ ਤੁਸੀਂ ਕੋਈ ਚੀਜ਼ਾਂ ਸ਼ੋ ਕਰ ਸਕਦੇ ਹੋ ਕਿ ਇਸ ਪਾਲਿਸੀ ਨਾਲ ਮੈਂ ਕਰੂੰਗਾ ਇਹਦੇ ਵਿੱਚ ਮੇਰੇ ਬਿਜ਼ਨਸ ਗਰੋ ਹੋਣ ਦੇ ਚਾਂਸਿਸ ਆ ਇੰਪਲੀਮੈਂਟ ਹੋਣ ਦੇ ਚਾਂਸਿਸ ਜ਼ਿਆਦਾ ਹੈਗੇ ਨੇ ਸੋ ਬੇਸਿਕਲੀ ਉਹ ਆਈਡੀਆ ਤੁਸੀਂ ਸੈਲ ਕਰ ਰਹੇ ਹੋ ਆਈਡੀਆ ਕਿਹਨੂੰ ਸੈਲ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਜੀ ਜਿਹੜੇ ਇਨਵੈਸਟਰਸ ਹੈਗੇ ਨੇ ਏਂਜਲ ਇਨਵੈਸਟਰਸ ਹੋ ਗਏ ਵੈਂਚਰ ਕੈਪੀਟਲਿਸਟ ਹੋ ਗਏ ਉਹਨਾਂ ਨੂੰ ਆਈਡੀਆ ਤੁਸੀਂ ਦੇ ਰਹੇ ਹੋ ਕਿ ਆਹ ਮੇਰਾ ਆਈਡੀਆ ਹੈਗਾ ਆ ਦਿਸ ਇਜ਼ ਅ ਆਈਡੀਆ ਜਿਹੜਾ ਕੰਮ ਕਰ ਸਕਦਾ ਕੈਨੇਡਾ ਦੀ ਮਾਰਕੀਟ ਦੇ ਵਿੱਚ ਐਂਡ ਜੇ ਉਹ ਵੈਂਚਰ ਕੈਪੀਟਲਿਸਟ ਏਂਜਲ ਇਨਵੈਸਟਰਸ ਇਨਕਿਊਬੇਟਰਸ ਨੂੰ ਨਜ਼ਰ ਆਉਂਦਾ ਕਿ ਇਹ ਆਈਡੀਆ ਪਿਕ ਹੋ ਸਕਦਾ ਆ ਇੱਥੇ ਤਾਂ ਪੈਸਾ ਬਣ ਸਕਦਾ ਅਤੇ ਉਹ ਗਵਰਨਮੈਂਟ ਉਹਨਾਂ ਦੇ ਉੱਤੇ ਉਹ ਕੰਮ ਕਰਦੀ ਹੈਗੀ ਸੋ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਹੈ ਰਿਲੇਟਿਵਲੀ 1 ਸਾਲ ਦੇ ਅੰਦਰ ਅੰਦਰ ਹੁੰਦੀ ਸੀਗੀ ਤਰਨ ਜੀ ਬਟ ਕੋਵਿਡ ਕਰਕੇ ਉਹ ਜਿਹੜਾ ਪ੍ਰੋਸੈਸਿੰਗ ਟਾਈਮ ਸੀਗਾ 3-3.5 ਸਾਲ ਤੱਕ ਚਲਾ ਗਿਆ ਸੀਗਾ ਸੋ ਅਗੇਨ ਉਹ ਟਾਈਮ ਘੱਟ ਆਇਆ ਜਾ ਰਿਹਾ ਐਂਡ ਜਿਸ ਤਰ੍ਹਾਂ ਵੀ ਸਟਾਰਟਅਪ ਵੀਜ਼ਾ ਐਂਟਰਪ੍ਰੀਨਰਸ ਆਉਣਗੇ ਉਹ ਇੱਥੇ ਆ ਕੇ ਜੋਬਸ ਕ੍ਰੀਏਟ ਕਰਨਗੇ ਸੋ ਗਵਰਨਮੈਂਟ ਦਾ ਫੋਕਸ ਹੈਗਾ ਇਹੋ ਜਿਹੇ ਐਪਲੀਕੈਂਟਸ ਨੂੰ ਟਾਰਗੇਟ ਕੀਤਾ ਜਾਵੇ ਜਿਹੜੇ IT ਨਾਲ ਰਿਲੇਟਡ ਹੈਗੇ ਨੇ ਜਿਹੜੇ ਨਵਾਂ ਕਨਸੈਪਟ ਲੈ ਕੇ ਆ ਰਹੇ ਨੇ ਨਵਾਂ ਆਈਡੀਆ ਲੈ ਕੇ ਆ ਰਹੇ ਨੇ ਜਿਨ੍ਹਾਂ ਕੋਲ ਸਪੋਰਟ ਹੈਗੀ ਇਨਕਿਊਬੇਟਰਸ ਦੀ ਸੋ ਉਹਨਾਂ ਦੇ ਉੱਤੇ ਇਹ ਚੀਜ਼ ਕੀਤੀ ਜਾ ਰਹੀ ਹੈ। ਸਰ ਸਟੂਡੈਂਟਸ ਦੇ ਵੀ ਬਾਰੇ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਨਾ ਚਾਹਾਂਗੇ ਕਿਉਂਕਿ ਇਸ ਵਕਤ ਜੋਬ ਓਪਰਚੁਨਿਟੀਜ਼ ਜਿਹੜੀਆਂ ਨੇ ਇੱਥੇ ਕਾਫੀ ਵੀਡੀਓਜ਼ ਵੀ ਤੁਸੀਂ ਦੇਖ ਰਹੇ ਹੋਵੋਗੇ ਲਗਾਤਾਰ ਆ ਰਹੀਆਂ ਨੇ ਕਿ ਜੋਬਸ ਨਹੀਂ ਮਿਲ ਪਾ ਰਹੀਆਂ ਸਟੂਡੈਂਟਸ ਨੂੰ। ਹੁਣ ਜਿਹੜੇ ਖਾਸ ਤੌਰ ਤੇ ਇੱਥੇ ਆਏ ਨੇ ਸਟੂਡੈਂਟਸ ਉਹਨਾਂ ਦੇ ਲਈ ਮੁਸ਼ਕਿਲ ਹੋ ਰਿਹਾ ਵਾ ਕਿ ਆਪਣਾ ਐਕਸਪੀਰੀਅੰਸ ਪੂਰਾ ਕੀਤਾ ਜਾ ਸਕੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ?
हाँ जी तरन जी, सत श्री अकाल जी। सूरी बोलिया जी, सरी तो जी सर। सत श्री अकाल जी। सर की पूछना चाहते हो? तरन जी मैं एक गल पूछना चाहती दत्ता साहब न, जो स्टेम दे विच आंदे हैगे आ, ते मेरी वाइफ ने एमएससी बीएड की है, मैथ की एमएससी की है, ते उन्होंने इतने की करना पड़ेगा कि जिसे आप फाइल ला सकते हैं जी? तुसी टीवी स्क्रीन ते आंसर सुन सकते हो जी। थैंक यू सो मच, तुसी प्रोग्राम च कॉल कीती है। थैंक यू जी। जी सर, तरन एक्चुअली स्टेम दे विच कुछ ऑक्यूपेशन है जिन्होंने हाईलाइट किया गया, सो खासकर जो मैथमेटिशियंस है उन्होंने वास्ते डाटा एनालिस्ट, डाटा साइंटिस्ट, यहो जी ऑक्यूपेशन है जिन्होंने टारगेट किया गया। तो एक चीज चाहिए सुरी साहब कि तुम जे नॉक कोड्स है जो ऑक्यूपेशन है जो टारगेट किए जा रहे हैं मैथमैटिक्स के अंडर, सो उन्होंने एक बार गो थ्रू करो तो होर बैटर क्लीयर आइडिया हो जाएगा जी।